ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਜਿਹੜਾ ਵਲੋਗ ਸ਼ਾਮ ਨੂੰ ਸਟਾਰਟ ਕਰਦੇ ਹਾਂ ਕਿਉਂਕਿ ਸਵੇਰ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ। ਸੋ ਕੰਮ ਕਾਰ ਕਾਫੀ ਹੋ ਜਾਂਦੇ ਆਪਾਂ ਨੂੰ, ਸੋ ਇਸ ਵਜ੍ਹਾ ਕਰਕੇ ਸੋ ਆਪਣਾ ਟਾਈਮ ਨਹੀਂ ਲੱਗਿਆ। ਸੋ ਹੁਣ ਆਪਾਂ ਕਰਦੇ ਹਾਂ ਸਟਾਰਟ। ਮੈਂ ਕੱਪੜਿਆਂ ਦੀਆਂ ਟਹਿਾਂ ਲਗਾਈ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਆਪਾਂ ਈਵਨਿੰਗ ਦਾ ਜਿਹੜਾ ਵਲੋਗ ਆ ਉਹ ਸ਼ੂਟ ਕਰ ਰਹੇ ਹਾਂ ਜੀ। ਸਵੇਰ ਦਾ ਟਾਈਮ ਨਹੀਂ ਸੀ ਲੱਗਿਆ। ਸੋ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆਪਣੇ ਅਰਸ਼ਵਤ ਵਲੋਗ ਚੈਨਲ ਦੇ ਵਿੱਚ। ਸੋ ਮੈਂ ਉਮੀਦ ਕਰਦੀ ਹਾਂ ਵੀ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਸੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਸੋ ਬਸ ਨਾ ਇੱਥੇ ਕਾਫੀ ਜ਼ਿਆਦਾ ਕੱਪੜੇ ਕੱਢੇ ਹੋਏ ਪਏ ਸੀ ਕਿਉਂਕਿ ਅਸੀਂ 3 ਕੁ ਦਿਨ ਬਾਅਦ ਧੋਂਦੇ ਹੈਗੇ ਕੱਪੜੇ, ਫਿਰ ਕਾਫੀ ਜ਼ਿਆਦਾ ਇਕੱਠੇ ਹੋ ਜਾਂਦੇ ਆ, ਫਿਰ ਤੈਅ ਕਰਨ ਨੂੰ ਵੀ ਇਕੱਠੇ ਹੋ ਜਾਂਦੇ ਨੇ, ਧੋਣ ਨੂੰ ਵੀ ਇਕੱਠੇ ਹੋ ਜਾਂਦੇ ਨੇ। ਬਸ ਅਸੀਂ ਇਸ ਤਰ੍ਹਾਂ ਹੀ ਸੱਸ ਨੂੰ ਨਾ ਲੱਗੀਆਂ ਹੋਈਆਂ ਸੀ ਕੱਪੜੇ ਵਗੈਰਾ ਰੱਖਣ, ਅਸੀਂ ਬਸ ਇਸ ਤਰ੍ਹਾਂ ਹੀ ਕੱਪੜੇ ਵਗੈਰਾ ਰੱਖ ਰਹੇ ਸੀਗੇ ਜਿਹੜੇ ਮਤਲਬ ਅਸੀਂ ਉਹਦਾ ਕੀ ਕਰਦੇ ਹੁੰਦੇ ਹਾਂ, ਮੈਂ ਕਿੱਦਾਂ ਕੱਪੜੇ ਰੱਖਦੇ ਹਾਂ ਮਤਲਬ ਤੈਅ ਮਾਰ ਮਾਰ ਕੇ ਰੱਖ ਲੈਂਦੇ ਹੁੰਦੇ ਹੈਗੇ ਅਸੀਂ। ਮਤਲਬ ਪਹਿਲਾਂ 1 ਜਣੇ ਜਿੱਦਾਂ ਮੇਰੇ ਸ਼ੁਰੂ ਕਰ ਲਏ ਜਾਂ ਸਰਦਾਰ ਜੀ ਦੇ ਸ਼ੁਰੂ ਕਰ ਲਏ ਅਤੇ ਬੈੱਡ ਸ਼ੀਟਾਂ ਵਗੈਰਾ ਸ਼ੁਰੂ ਕਰ ਲਈਆਂ। ਸੋ ਉਹ ਅਸੀਂ 1 ਜਗ੍ਹਾ 'ਤੇ ਰੱਖੀ ਜਾਣੇ ਤੈਅ ਲਗਾ ਲਾ ਕੇ, ਪਹਿਲਾਂ ਉਹੀ ਪਰਸਨ ਦੇ ਹੀ ਅਸੀਂ ਮਤਲਬ ਤੈਅ ਲਗਾਉਂਦੇ ਹਾਂ ਕੱਪੜੇ, ਫਿਰ ਉਹੀ 1 ਸਾਲ ਚੱਕ ਕੇ ਸਭ ਦੇ ਕੱਪੜੇ ਜਿਹੜੇ ਮਤਲਬ ਸ਼ੁਰੂ ਕੀਤੇ ਹੁੰਦੇ ਆ ਫਿਰ ਉਹੀ ਅਸੀਂ ਚੱਕ ਕੇ ਅਲਮੀਰਾ ਦੇ ਵਿੱਚ ਰੱਖ ਲੈਂਦੇ। ਜਿੱਦਾਂ ਹੁਣ ਮੈਂ ਸਾਰੀਆਂ ਪਹਿਲਾਂ ਬੈੱਡ ਸ਼ੀਟਾਂ ਦੀਆਂ ਪੈਹਾਂ ਵਗੈਰਾ ਲਾ ਦਿੱਤੀਆਂ ਸੀਗੀਆਂ, ਫਿਰ ਨਾਲ ਹੀ ਸਾਰੀਆਂ ਬੈੱਡ ਸ਼ੀਟਾਂ 1 ਜਗ੍ਹਾ 'ਤੇ ਟਿਕਾ ਦਿੱਤੀਆਂ ਸੀਗੀਆਂ। ਕਾਫੀ ਜ਼ਿਆਦਾ ਕੱਪੜੇ ਰੱਖਦੇ ਸੀਗੇ, ਕਾਫੀ ਮਤਲਬ ਵੀਡੀਓ ਬਹੁਤ ਜ਼ਿਆਦਾ ਮੇਰੀ ਲੰਬੀ ਹੋ ਜਾਂਦੀ ਹੈਗੀ। ਬਸ ਇੱਦਾਂ ਹੀ ਸਾਰੇ ਘਰ ਦੇ ਆਪਾਂ ਕੰਮ ਕਰਦੇ ਹੁੰਦੇ, ਮੰਮੀ ਅਤੇ ਮੈਂ ਪੇਪਰ ਅਸੀਂ ਆਪਣਾ ਲਗਾਈ ਜਾ ਰਹੇ ਸੀ। ਬਹੁਤ ਜ਼ਿਆਦਾ ਕੱਪੜੇ ਸੀ ਪਹਿਲਾਂ ਢੇਰ ਸਾਰੇ ਰੱਖੇ, ਅਤੇ ਹੁਣ ਦੁਬਾਰਾ ਹੋਰ ਜ਼ਿਆਦਾ ਕੱਪੜੇ ਚੱਕਦੇ ਹਾਂ। ਇੰਨੇ ਮਤਲਬ ਕਾਫੀ ਜ਼ਿਆਦਾ ਕੱਪੜੇ 3 ਦਿਨ ਵਿੱਚ ਛੋੜੇ ਛੋੜੇ ਹੁੰਦੇ ਆ, ਸੋ ਛੋੜੇ ਰੱਖੇ। ਪਰ ਅਸੀਂ ਹੁਣ ਸੋਚਿਆ ਵਾ ਵੀ ਥੋੜ੍ਹਾ ਜਿਹਾ ਪਲੈਨ ਦਿੱਤਾ ਵਾ ਵੀ ਅਸੀਂ 2 ਕੁ ਦਿਨ ਬਾਅਦ ਅਸੀਂ ਮਸ਼ੀਨ ਲਾ ਦਿਆ ਕਰੀ, ਅਸੀਂ 3 ਦਿਨ ਬਾਅਦ 4th ਦਿਨ ਜਾ ਕੇ ਮਸ਼ੀਨ ਲਾਉਂਦੇ ਹਾਂ। ਇਸ ਵਜ੍ਹਾ ਕਰਕੇ ਨਾ ਫਿਰ ਸਾਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕੱਪੜੇ ਸਾਂਭਣ ਵੇਲੇ ਵੀ ਅਤੇ ਧੋਣ ਵੇਲੇ ਵੀ ਜ਼ਿਆਦਾ ਟਾਈਮ ਲੱਗ ਜਾਂਦਾ, 1.5 ਘੰਟਾ ਫਿਰ ਸਾਨੂੰ ਧੋਣ ਨਹੀਂ ਲੱਗ ਜਾਂਦਾ, ਫਿਰ 1.5 ਘੰਟਾ ਸਾਨੂੰ ਮਤਲਬ ਮੈਂ ਪੂਰਾ ਟਾਈਮਿੰਗ ਨੋਟ ਕੀਤੀ ਹੈ ਕਿ ਸਾਨੂੰ 1.5 ਘੰਟਾ ਲੱਗ ਜਾਂਦਾ ਹੈ ਜਿਹੜੇ ਰੱਖਣੇ ਹੁੰਦੇ ਆ ਕੱਪੜੇ ਤੈਅ ਕਰਕੇ। ਸੋ ਇਸ ਤਰ੍ਹਾਂ ਬਸ ਸਾਰੇ ਕੰਮ ਫਿਰ ਤੁਹਾਨੂੰ ਪਤਾ ਰੱਖਣੇ ਵੀ ਜ਼ਰੂਰੀ ਹੁੰਦੇ ਆ, ਜਿਸਰੇ ਕਿ ਸੋਹਣੇ ਨਹੀਂ ਲੱਗਦੇ ਹੈਗੇ ਇੱਦਾਂ ਕੱਪੜੇ, ਉਹ ਵੀ ਨਹੀਂ ਚੰਗੇ ਲੱਗਦੇ ਹੈਗੇ ਵੀ ਐਨੀ ਗਾਹ ਜਾਂ ਪਿਆਰ ਵੀ ਤੂੰ ਮੈਨੂੰ ਤਾਂ ਬਿਲਕੁਲ ਵੀ ਜ਼ਿਆਦਾ ਮਤਲਬ ਐਂ ਚੰਗਾ ਨਹੀਂ ਲੱਗਦਾ ਵੀ ਇੱਕ ਕੱਪੜਿਆਂ ਦਾ ਗਾਹ ਪਿਆਰ ਵੀ। ਸੋ ਇਸ ਤਰ੍ਹਾਂ ਆਪਣੇ ਜਿਹੜੇ ਪੱਗਾਂ ਵਗੈਰਾ ਸੀਗੀਆਂ ਅਤੇ ਪਾਪਾ ਜੀ ਦੇ ਕੱਪੜੇ ਵਗੈਰਾ ਸੀਗੇ ਉਹ ਵੀ ਸਾਰੇ 1 ਜਗ੍ਹਾ ਰੱਖਦੇ ਸੀਗੇ, ਅਤੇ ਫਿਰ ਉਹਨਾਂ ਨੂੰ ਮੈਂ ਬਾਅਦ 'ਚ ਨਾਲ ਜਾਣ ਮੰਮੀ ਵੀ ਕਹੀ ਜਾਂਦੀ ਕਿ ਤੂੰ ਅਲਮੀਰੇ 'ਚ ਰੱਖੀ ਜਾ, ਮੈਂ ਨਾਲ ਜਾਣ ਅਲਮੀਰੇ 'ਚ ਰੱਖੀ ਜਾਂਦੀ ਹੈ ਵੀ ਕਹੀ ਮਸ਼ੀਨ ਨੇ ਪਹਿਲਾਂ 1 ਜਣੇ ਦੇ ਸਾਰਿਆਂ ਨੂੰ ਤੈਅ ਲਾਓ ਸਾਰੇ ਕੱਪੜਿਆਂ ਦੀ, ਅਤੇ ਫਿਰ ਇਸ ਤਰ੍ਹਾਂ ਮੰਮੀ ਵੀ ਨਾਲ ਹੈਲਪ ਕਰਾਈ ਜਾਂਦੀ ਸੀਗੀ, ਇਸ ਤਰ੍ਹਾਂ ਗੱਲਾਂ ਬਾਤਾਂ ਕਰੀ ਹੱਸੀ ਖੇਡੀ ਆਈ ਜਦੋਂ ਸਵੇਰ ਦੇ ਹੀ ਸਾਡੇ ਜਿਹੜੇ ਕੰਮ ਹੁੰਦੇ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਹੋ ਗਏ। ਸੋ ਇਸ ਤਰ੍ਹਾਂ ਯਾਰ ਹਸਪਿਟਲ 'ਚ ਜਿਹੜਾ ਟਾਈਮ ਪਾਸ ਹੋ ਜਾਵੇ ਉਹ ਵੀ ਬਹੁਤ ਵਧੀਆ ਹੋਵੇ, ਕਿਉਂਕਿ ਇਹ ਤੋਂ ਕਿਸੇ ਨੇ ਕੁਛ ਵੀ ਨਹੀਂ ਲੈ ਜਾਣਾ, ਉਹ ਸਭ ਕੁਛ ਇੱਥੇ ਰਹਿ ਜਾਣਾ ਸਾਰਾ ਕਮਰਾ ਸਵਾਰਿਆ ਫਿਰ। ਵਧੀਆ ਜੀ ਕੋਮੈਂਟ ਵੀਡੀਓ ਲੈ ਕੇ ਆਵਾਂਗੇ ਮੰਮੀ ਦੇ ਨਾਲ, ਮੰਮੀ ਲਾਭ ਤੁਹਾਨੂੰ। ਸੋ ਤੁਸੀਂ ਆਪਣੇ ਚੈਨਲ ਨਾਲ ਬਣੇ ਰਹੋ ਜੇ ਤੁਸੀਂ ਸਾਡੀ ਫਨੀ ਵੀਡੀਓ ਦੇਖਣੀ ਹੈ ਤਾਂ। ਸੋ ਮੰਮੀ ਜਾ ਰਹੇ ਆ ਕੂੜਾ ਚੁੱਕਣ, ਬਸ
ਸ਼੍ਰੀਕਾਲ ਜੀ ਐਂਡ ਸਤਿ ਸ਼੍ਰੀ ਅਕਾਲ ਜੀ। ਉਸ ਤੋਂ ਬਾਅਦ ਜੀ ਆਪਾਂ ਪ੍ਰਸ਼ਾਦੇ ਵਗੈਰਾ ਦੀ ਤਿਆਰੀ ਕਰਦੇ ਸੀਗੇ, ਰੋਟੀਆਂ ਬਣਾਉਣ ਲੱਗ ਗਏ ਸੀਗੇ, ਕਿਉਂਕਿ ਫਿਰ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਰੋਟੀ ਪਾਣੀ ਬਣਾਉਂਦੇ। ਅਸੀਂ ਕੰਮਾਂ ਕਾਰਾਂ 'ਚ ਨਾ ਇੱਕ ਤਾਂ ਫਿਰ ਐਂ ਜਦੋਂ ਕੈਮਰਾ ਲੱਗਿਆ ਹੁੰਦਾ ਸੋ ਐਂ ਮਤਲਬ ਆਪਾਂ ਨੂੰ ਐਂ ਹੁੰਦਾ ਵੀ ਸਾਰੀਆਂ ਚੀਜ਼ਾਂ ਨੂੰ ਕੈਚ ਕੀਤਾ ਜਾਵੇ, ਕੈਪਸ਼ਨ ਕੀਤਾ ਜਾਵੇ। ਸੋ ਇੱਥੇ ਨਾ ਰੋਟੀਆਂ ਫਿਰ ਮੈਨੂੰ ਬੈਡ ਛੱਡਣੀਆਂ ਪਈਆਂ, ਕਿਉਂਕਿ ਨਾ ਸਾਡੇ ਤੇਲ ਖਾਧ ਨਾਲ ਅਸੀਂ ਧਿਆਨ ਨਹੀਂ ਦਿੱਤਾ ਹੈ। ਅਤੇ ਫਿਰ ਇਸ ਕਰਕੇ ਮੰਮੀ ਕਹਿੰਦੇ ਵੀ ਤੂੰ ਪਹਿਲਾਂ ਰੋਟੀ ਬਣਾ ਲਾ, ਜਦੋਂ ਤੱਕ ਤੇਲ ਨਹੀਂ ਹੋਣ ਤੋਂ ਬਾਅਦ 'ਚ ਸਬਜ਼ੀ ਨੂੰ ਤੜਕਾ ਲਾ ਦੀ। ਸੋ ਇਸ ਤਰ੍ਹਾਂ ਫਿਰ ਮੈਂ ਰੋਟੀਆਂ ਸਾਰੇ ਛੱਡ ਕੇ ਸੀਗੀਆਂ, ਫਿਰ ਨਾਲ ਹੀ ਲਿਆ। ਮੈਂ ਕਿਹਾ ਪਹਿਲਾਂ ਵੀ ਰੋਟੀ ਤਾਂ ਨਾਲ ਦੇ ਨਾਲ ਲਾਉਂਦੇ ਲਾਉਂਦੇ ਵੀ ਆਪਾਂ ਖਾ ਸਕਦੇ ਹਾਂ, ਅਤੇ ਉਹ ਵੀ ਸਬਜ਼ੀ ਬਣੀ ਹੋਵੇ ਪਹਿਲਾਂ। ਸੋ ਇੱਥੇ ਆਪਾਂ ਓਇਲ ਲਿਆ ਕਾਫੀ ਸਾਰਾ, ਉਹਦੇ ਵਿੱਚ ਜਿਹੜੇ ਆਲੂ ਉਹਨਾਂ ਨੂੰ ਫਰਾਈ ਕੀਤਾ ਅਤੇ ਪੂਰੀ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਵਾ ਅਤੇ ਗੋਲਡਨ ਬਰਾਊਨ ਜਿਹਾ ਕਰ ਲੈਣਾ। ਇਹ ਲਿਆ ਆਪਾਂ ਮਿਰਚੀ ਅਤੇ ਜੀਰਾ ਲਿੱਤਾ ਵਾ, ਸੋ ਇਹਨੂੰ ਆਪਾਂ ਕਰੀ ਮਿਰਚੀ ਅਤੇ ਲੈਤੀ ਆ ਰਾਜਸਥਾਨੀ ਮਿਰਚਾਂ, ਇਹਨੂੰ ਬੇਸਣ ਦਹੀਂ ਦੇ ਘੋਲ ਦੇ ਵਿੱਚ ਪਾ ਲੈਣਾ। ਇੱਦਾਂ ਥੋੜ੍ਹਾ ਜਿਹਾ ਦਹੀਂ ਅਤੇ ਬੇਸਣ ਘੋਲ ਲੈਣਾ ਵਾ ਇਹ ਸਬਜ਼ੀ ਦੀ। ਆਪਾਂ ਦਹੀਂ ਆਲੂ ਦੀ ਸਬਜ਼ੀ ਬਣਾ ਰਹੇ ਹਾਂ, ਜਿਸ ਤਰ੍ਹਾਂ ਆਪਾਂ ਜਿਹੜੇ ਸਾਰੇ ਚੰਗੀ ਤਰ੍ਹਾਂ ਆਲੂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਵਾ, ਫਿਰ ਉਹਨਾਂ ਨੂੰ ਜਿਹੜੇ ਗੋਲਡਨ ਬਰਾਊਨ ਜਿਹੇ ਹੋ ਜਾਣਗੇ ਉਹਨਾਂ ਨੂੰ ਕੱਢ ਲੈਣਾ। ਇਹ ਸਬਜ਼ੀ ਵਿੱਚ ਛੋਟੇ ਛੋਟੇ ਆਲੂ ਲੈਣੇ ਨੇਗੇ, ਫਿਰ ਉਸ ਤੋਂ ਬਾਅਦ ਤੜਕੇ ਲਈ ਆਪਾਂ ਪਿਆਜ਼ ਰੱਖ ਦੇਣੇ ਹਾਂ, ਪਿਆਜ਼ ਵਿੱਚ ਚੰਗੀ ਤਰ੍ਹਾਂ ਭੁੰਨ ਲੈਣੇ ਹਾਂ। ਜੇ ਤੁਹਾਨੂੰ ਓਇਲ ਦੀ ਜ਼ਿਆਦਾ ਜਿੰਨੀ ਜ਼ਿਆਦਾ ਲੋੜ ਆ ਜੀ ਤੁਸੀਂ ਬਸ ਕਰੋ ਕਿ ਜ਼ਿਆਦਾ ਹੀ ਪੈਂਦਾ ਵਾ। ਸੋ ਬਾਕੀ ਤੁਸੀਂ ਆਪਣੇ ਆਪਾਂ ਟੇਸਟ ਅਕੋਰਡਿੰਗ ਜੇ ਤੁਸੀਂ ਜਿੰਨੀਆਂ ਪਾਉਂਦੇ ਉਹਨਾਂ ਪਾ ਸਕਦੇ ਹੋ। ਸੋ ਇਹ ਤੇਜ਼ ਪੱਤਾ ਜੀਰਾ ਅਤੇ ਮਸਾਲਾ ਸੀਗਾ ਆਪਣਾ ਜਿਹੜਾ ਪਿਆਜ਼। ਤੁਸੀਂ ਕੋਈ ਵੀ ਮਸਾਲਾ ਪਾ ਸਕਦੇ ਹੋ, ਚਣਾ ਮਸਾਲਾ, ਗਰਮ ਮਸਾਲਾ, ਜੋ ਵੀ ਤੁਹਾਡੀ ਇੱਛਾ ਤੁਸੀਂ ਪਾ ਸਕਦੇ ਹੋ, ਆਪਸ਼ਨਲ ਹੈ। ਪਿਆਜ਼ ਪਾਇਆ, ਹਰੀ ਮਿਰਚ ਪਾਈ, ਟਮਾਟਰ ਪਾਉਣਾ ਤੁਸੀਂ ਪਾ ਸਕਦੇ ਹੋ। ਆਪਾਂ ਤਾਂ ਨਹੀਂ ਪਾਇਆ, ਫਿਰ ਸਵੇਰ ਨੂੰ ਖਾਣ ਜੋਗੀ ਨਹੀਂ ਰਹਿੰਦੀ, ਇਹ ਸਬਜ਼ੀ ਖੱਟੀ ਹੋ ਜਾਂਦੀ ਹੈ। ਆਪਾਂ ਤੇਲ ਪੱਤੇ ਪਾ ਦਿੰਦੇ, ਮਸਾਲਾ ਹਜੇ ਨਹੀਂ ਪਾਇਆ, ਆਪਣੇ ਪਿਆਜ਼ ਇਸ ਤਰ੍ਹਾਂ ਦੇ ਹੋ ਗਏ, ਜ਼ਿਆਦਾ ਵੀ ਗਰਮ ਨਹੀਂ ਕਰਨੇ, ਇਹਦੇ ਟੇਸਟ ਖਰਾਬ ਵੀ ਕਰਨਾ। ਪਾਉਣਾ ਘੱਟ ਹੋਊਗਾ ਚੱਲ ਜੂਗਾ, ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈਗਾ। ਟੇਸਟ ਦੇ ਅਕੋਰਡਿੰਗ ਪਾਵਾਂਗੇ, ਲਾਲ ਮਿਰਚ ਆਪਾਂ ਥੋੜ੍ਹੀ ਵੀ ਪਾਵਾਂਗੇ ਸਿਰਫ ਰੰਗ ਲਈ, ਕਿਉਂਕਿ ਮੇਰੇ ਵਿੱਚ ਰਾਜਸਥਾਨੀ ਮਿਰਚਾਂ ਵੀ ਪਾ ਰਹੀ ਹੈ ਅਤੇ ਹਰੀਆਂ ਮਿਰਚਾਂ ਵੀ ਪਾ ਰਹੀਆਂ, ਅਤੇ ਇਹਦੇ ਰੈਡ ਚਿਲੀ ਪਾਊਡਰ ਆਪਾਂ ਪਾ ਰਹੇ ਹਾਂ। ਆਪਾਂ ਦੋ ਹਰੀਆਂ ਮਿਰਚਾਂ ਵੀ ਪਾ ਦਿੱਤੀਆਂ, ਚੰਗੀ ਤਰ੍ਹਾਂ ਜਿਹੜਾ ਲੂਣ ਮਿਰਚ ਮਸਾਲੇ ਸਾਰੇ ਭੁੰਨ ਲੈਣੇ ਹੈਗੇ, ਸੋ ਮਸਾਲਾ ਵੀ ਐਡ ਕਰ ਦਿੰਦੇ। ਵਿੱਚ ਫਰਾਈ ਕੀਤੇ ਆਲੂ, ਜਿਹੜਾ ਆਪਾਂ ਘੋਲ ਬਣਾਇਆ ਸੀਗਾ ਬੇਸਣ ਅਤੇ ਉਹਦਾ ਦਹੀਂ, ਬੇਸਣ ਦਹੀਂ ਅਤੇ ਰਾਜਸਥਾਨੀ ਮਿਰਚ ਦਾ ਘੋਲ ਸੀਗਾ, ਸੋ ਵੀ ਆਪਾਂ ਇਸ ਤਰ੍ਹਾਂ ਵਿੱਚ ਪਾ ਲੈਂਦੇ ਹਾਂ।
ਤੁਸੀਂ ਆਪਣੀ ਕਰੀ ਗਰੇਵੀ ਦੇ ਹਿਸਾਬ ਨਾਲ ਇਹਦੇ ਵਿੱਚ ਪਾਣੀ ਵੀ ਐਡ ਆਨ ਕਰ ਸਕਦੇ ਆਪਾਂ ਨੂੰ ਜਿੰਨਾ ਕੁ ਹੋਰ ਸੀ ਆਪਾਂ ਉਨਾ ਪਾ ਲਓ ਹਾਂਜੀ ਹਾਂਜੀ ਤੇ ਫਿਰ ਆਪਾਂ ਦੁਬਾਰਾ ਤੋਂ ਫਿਰ ਰੋਟੀ ਬਣਾਈ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਆ ਦੇਖ ਸਕਦੇ ਹੋ ਕਿੰਨੀ ਸੋਹਣੀ ਰੰਗਤ ਆਈ ਹੈ ਅਤੇ ਖੁਸ਼ਬੂ ਵੀ ਇੰਨੀ ਲਾਜਵਾਬ ਆ ਰਹੀ ਹੈ ਬਹੁਤ ਵਧੀਆ ਸਬਜ਼ੀ ਬਣ ਗਈ ਹੈ ਦਹੀਂ ਅਤੇ ਆਲੂ ਦੀ ਜੇ ਤੁਸੀਂ ਦਮ ਆਲੂ ਬਣਾਉਣਾ ਚਾਹੁੰਦੇ ਹੋ ਉਹ ਵੀ ਇਸ ਤਰੀਕੇ ਨਾਲ ਹੀ ਬਣਦੇ ਨੇਗੇ ਉਹ ਵੀ ਰੈਸਪੀ ਜਿਹੜੀ ਆਪਣੀ ਇਹੀ ਚੈਨਲ 'ਤੇ ਪਾਈ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਘੈਂਟ ਅਤੇ ਟੇਸਟੀ ਸਬਜ਼ੀ ਬਣਦੀ ਹੈ ਸੋ ਜਾ ਕੇ ਟਰਾਈ ਕਰੋ ਉਸ ਤੋਂ ਬਾਅਦ ਜੀ ਆਪਣੀਆਂ ਸਾਰੀਆਂ ਰੋਟੀਆਂ ਵਗੈਰਾ ਪ੍ਰਸ਼ਾਦੇ ਵਗੈਰਾ ਬਣ ਗਏ ਸੀਗੇ ਫਿਰ ਮੈਂ ਨਾਲ ਦੁੱਧ ਗਰਮ ਰੱਖ ਦਿੱਤਾ ਸੀਗਾ ਕਿਉਂਕਿ ਫਿਰ ਜਾਗ ਲਾਉਣਾ ਹੁੰਦਾ ਜਲਦੀ ਜਲਦੀ ਠੰਡਾ ਨਹੀਂ ਹੁੰਦਾ ਹੈਗਾ ਸੋ ਇਸ ਵਜ੍ਹਾ ਕਰਕੇ ਆਪਾਂ ਨਾਲ ਹੀ ਦੁੱਧ ਵਗੈਰਾ ਰੱਖ ਦਿੰਦੇ ਹੁੰਦੇ ਰੋਟੀ ਤੋਂ ਬਾਅਦ ਕਿਉਂਕਿ ਮੈਂ ਨਾਲ ਹੀ ਭਾਂਡੇ ਧੋਣੇ ਹੁੰਦੀ ਹੈ ਸੋ ਮੈਨੂੰ ਐਂ ਹੁੰਦਾ ਫਿਰ ਉੱਧਰ ਵੀ ਧਿਆਨ ਰੱਖਿਆ ਜਾਂਦਾ ਉੱਧਰ ਵੀ ਸੋ ਵੈਸੇ ਤਾਂ ਮੈਂ ਰੋਟੀ ਦੇ ਨਾਲ ਹੀ ਰੱਖ ਲੈਂਦੀ ਹੁੰਦੀ ਹਾਂ ਦੁੱਧ ਗਰਮ ਕਰਨਾ ਜੀ ਪਰ ਅੱਜ ਥੋੜ੍ਹੀ ਸਬਜ਼ੀ ਨੂੰ ਲੇਟ ਹੋ ਗਈ ਸੀ ਸੋ ਇਸ ਵਜ੍ਹਾ ਕਰਕੇ ਆਪਾਂ ਤੁਹਾਨੂੰ ਪਹਿਲਾਂ ਪ੍ਰੋਬਲਮ ਦੱਸ ਹੀ ਚੁੱਕੇ ਹੋਏ ਸੋ ਇਸ ਵਜ੍ਹਾ ਕਰਕੇ ਜਿਹੜੇ ਚਿਮਟੇ ਵਗੈਰਾ ਸਾਰੇ ਮੈਂ ਉਹ ਵੀ ਸਾਫ ਵਗੈਰਾ ਕਰਕੇ ਰੱਖ ਦਿੰਦੀ ਹਾਂ ਅਤੇ ਨਾਲ ਹੀ ਆਪਣਾ ਦੁੱਧ ਉੱਬਲ ਕੇ ਹੋ ਗਿਆ ਸੀਗਾ ਸੋ ਰੈਡੀ ਹੋ ਗਿਆ ਸੀ ਅਤੇ ਹੁਣ ਆਪਾਂ ਠੰਡਾ ਕਰਨ ਲਈ ਰੱਖਤਾ ਵੀ ਜੇ ਠੰਡਾ ਹੋਊਗਾ ਜਾਗ ਵਗੈਰਾ ਲਾ ਲਾਂਗੀ ਸੋ ਇਸ ਤਰ੍ਹਾਂ ਮਾੜੀ ਮੋਟੀ ਜਿਹੜੀ ਸਫਾਈ ਮੈਂ ਰਾਤ ਨੂੰ ਕਰ ਲੈਂਦੀ ਹੁੰਦੀ ਹਾਂ ਫਿਰ ਵਧੀਆ ਲੱਗਦੀ ਸਵੇਰ ਘੱਟ ਟਾਈਮ ਲੱਗਦਾ ਅਤੇ ਡੱਬੇ ਵਗੈਰਾ ਜਿਹੜੇ ਆਪਾਂ ਰੱਖ ਦਿੰਦੇ ਟਿਕਾਣੇ 'ਤੇ ਬਹੁਤ ਜ਼ਿਆਦਾ ਗਾਹ ਪੈ ਜਾਂਦਾ ਵਾ ਰੋਟੀ ਵਗੈਰਾ ਬਣਾਉਂਦੇ ਸਮੇਂ ਇੱਕ ਤਾਂ ਜਦੋਂ ਜਲਦੀ ਹੁੰਦੀ ਉਦੋਂ ਤਾਂ ਜ਼ਿਆਦਾਤਰ ਬਹੁਤ ਜ਼ਿਆਦਾ ਗਾਹ ਪੈ ਜਾਂਦਾ ਇੱਕਦਮ ਹੀ ਸਾਰਾ ਨਾ ਮਤਲਬ ਬਥੇਰਾ ਖੜਾ ਹੋ ਜਾਂਦਾ ਫਿਰ ਮੰਮੀ ਨੇ ਰੋਟੀ ਵਗੈਰਾ ਖਾ ਲਈ ਸੀ ਮੰਮਾ ਨੂੰ ਦੁੱਧ ਜਿਹੜਾ ਮੈਂ ਦੇ ਦਿੱਤਾ ਸੀ ਠੰਡਾ ਕਰਕੇ ਕਾਫੀ ਜ਼ਿਆਦਾ ਗਰਮ ਸੀਗਾ ਬਸ ਇਸ ਤਰ੍ਹਾਂ ਮੰਮੀ ਨੂੰ ਦੁੱਧ ਦਿੱਤਾ ਥੋੜ੍ਹਾ ਖਾ ਕੇ ਸੋ ਉਸ ਤੋਂ ਬਾਅਦ ਫਿਰ ਜਿਹੜੇ ਮਤਲਬ ਭਾਂਡੇ ਵਗੈਰਾ ਹੋ ਗਏ ਸੀਗੇ ਕਾਫੀ ਜ਼ਿਆਦਾ ਫਿਰ ਮੈਂ ਭਾਂਡੇ ਧੋਣ ਲੱਗ ਗਈ ਸੀਗੀ ਬਹੁਤ ਜ਼ਿਆਦਾ ਭਾਂਡੇ ਹੋ ਪਏ ਸੀਗੇ ਕਿਉਂਕਿ ਨਹੀਂ ਤਾਂ ਮੈਂ ਪਹਿਲਾਂ ਹੀ ਕਰ ਦਿੰਦੀ ਹਾਂ ਇੱਕ ਤਾਂ ਲੇਟ ਸੀਗੇ ਆਲਰੇਡੀ ਬਸ ਇਸ ਤਰ੍ਹਾਂ ਹੀ ਮੈਨੂੰ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਬਣਾ ਸੀ ਕੱਪੜੇ ਦਿੱਤੇ ਸਾਂਭਣ ਵਾਲੇ ਸੀਗੇ ਟਾਈਮ ਵਗੈਰਾ ਲਾਉਣ ਵਾਲੀ ਸੀ ਇਸ ਵਜ੍ਹਾ ਕਰਕੇ ਟਾਈਮ ਲੱਗ ਗਿਆ ਪਰ ਨਾਲ ਹੀ ਭਾਂਡੇ ਵਗੈਰਾ ਧੋ ਕੇ ਫਿਰ ਮੈਂ ਰੁੱਕ ਦੀ ਮੂੰਗੀ ਨਾਲ ਦੀ ਨਾਲ ਸਾਰੇ ਹੈ ਨਾ ਮਤਲਬ ਨਾਲ ਹੁੰਦੇ ਸਾਰੇ ਹੀ ਕੰਮ ਕਰ ਦਿੰਦੀ ਹੈਗੀ ਮੈਂ ਜਿੰਨੇ ਵੀ ਰਸੋਈ 'ਚ ਹੁੰਦੇ ਆ ਮੈਨੂੰ ਐਂ ਹੁੰਦਾ ਵੀ ਜੇ ਰਸੋਈ 'ਚੋਂ ਨਿਕਲਾਂ ਤਾਂ ਫਰੀ ਹੋ ਕੇ ਨਿਕਲਾਂ ਕਿਉਂਕਿ ਜਦੋਂ ਆਪਾਂ ਆ ਜਾਂਦੇ ਨਾ ਫਿਰ ਐਂ ਮਤਲਬ ਗੰਦੀ ਹੀ ਕਿਚਨ ਉਹ ਵਧੀਆ ਨਹੀਂ ਲੱਗਦੀ ਨਾਲ ਹੀ ਆਪਾਂ ਤਵਾ ਸਾਫ ਕਰਨ ਲਈ ਰੱਖਤਾ ਵੀ ਨੈਕਸਟ ਸਵੇਰ ਲਈ ਮੋਰਨਿੰਗ ਲਈ ਜਿਹੜਾ ਯੂਜ਼ ਕਰਨਾ ਨਾ ਕਰ ਸਕਦਾ ਬਹੁਤ ਹੀ ਆਸਾਨੀ ਨਾਲ ਸੋ ਇਸ ਤਰ੍ਹਾਂ ਮੈਂ ਉਹਦੀ ਸਾਰੀ ਸੈਲਫ ਵਗੈਰਾ ਕਲੀਨ ਕੀਤੀ ਹੈ ਕੱਪੜੇ ਨਾਲ ਹੀ ਕਰ ਦਿੰਦੇ ਹੁੰਦੇ ਸੋ ਜੇ ਜ਼ਿਆਦਾ ਗੰਦਾ ਲੱਗੇ ਫਿਰ ਆਪਾਂ ਧੋ ਵੀ ਦਿੰਦੇ ਹੈਗੇ ਪਰ ਆਪਣਾ ਸਹੀ ਸੀਗਾ ਸਾਰਾ ਸਾਫ ਰੋਜ਼ ਤਾਂ ਸਫਾਈ ਹੁੰਦੀ ਹੈ ਇਸ ਕਰਕੇ ਜ਼ਿਆਦਾ ਗੰਦਾ ਵੀ ਨਹੀਂ ਹੁੰਦਾ ਹੈਗਾ ਸੋ ਇਸ ਤਰ੍ਹਾਂ ਮੈਂ ਸਾਰੇ ਗੈਸ ਵਗੈਰਾ ਜਿਹੜੇ ਸਾਫ਼ ਕਰਦੇ ਸੀਗੇ ਬਹੁਤ ਜ਼ਿਆਦਾ ਗਾਹ ਹੀ ਪੈ ਜਾਂਦਾ ਇੰਨਾ ਜ਼ਿਆਦਾ ਗਾਹ ਪੈ ਜਾਂਦਾ ਫਿਰ ਇਹਨਾਂ ਚੰਗਾ ਨਹੀਂ ਲੱਗਦਾ ਸਵੇਰੇ ਇੱਕ ਤਾਂ ਨਾ ਮਤਲਬ ਗੰਦਾ ਗੰਦਾ ਕਿਸੇ ਨੂੰ ਮੱਥੇ ਲੱਗਣਾ ਬਹੁਤ ਔਖਾ ਹੋ ਜਾਂਦਾ ਸੋ ਫਿਰ ਆਪਾਂ ਇੱਧਰ ਨੂੰ ਟਰਾਈਪੋਡ ਘੁਮਾ ਲਿਆ ਸੀਗਾ ਨਾਲ ਹੀ ਸੋ ਮੈਨੂੰ ਵੀ ਇਸ ਤਰ੍ਹਾਂ ਜਿੱਦਾਂ ਵੀ ਬਾਅਦ 'ਚ ਐਡੀਟਿੰਗ ਹੋ ਜੂਗੀ ਪਹਿਲਾਂ ਆਪਾਂ ਸਾਰਾ ਵਲੋਗ ਵਗੈਰਾ ਸ਼ੂਟ ਕਰ ਲਈਏ ਕਿਉਂਕਿ ਘੰਟੇ ਤੋਂ ਵੀ ਉੱਪਰ ਦੀ ਵੀਡੀਓ ਬਣ ਗਈ ਸੀਗੀ ਪਰ ਫਿਰ ਵੀ ਆਪਾਂ ਜਿਹੜੇ ਵਿੱਚੋਂ ਨਾ 14 ਮਿੰਟ ਸੀਗੇ ਉਹੀ ਐਡੀਟਿੰਗ ਕਰਤੀ ਉਹਨਾਂ ਦੀ ਸੋ ਉਸ ਤੋਂ ਬਾਅਦ ਪਾਣੀ ਪਿੱਤਾ ਬਹੁਤ ਜ਼ਿਆਦਾ ਟੈਕਸੀ ਸੀਗੀ ਉਸ ਤੋਂ ਬਾਅਦ ਆਪਾਂ ਦੇਖਿਆ ਵੀ ਦੁੱਧ ਠੀਕ ਹੀ ਸੀਗਾ ਨਾ ਮਤਲਬ ਥੋੜ੍ਹਾ ਜਿਹਾ ਗਰਮ ਜਿਹਾ ਲੱਗਿਆ ਮੈਨੂੰ ਫਿਰ ਮੈਂ ਕਿਹਾ ਚਲੋ ਵੀ ਥੋੜ੍ਹਾ ਜਿਹਾ ਸੈਂਟ ਕੇ ਠੰਡਾ ਕਰ ਲੈਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਜਾਗ ਵਗੈਰਾ ਲਾਤਾ ਸੀਗਾ ਜਿਹੜਾ ਬਹੁਤ ਜ਼ਿਆਦਾ ਠੀਕ ਗਿਆ ਫਿਰ ਸਵੇਰ ਨੂੰ ਸਾਰਿਆਂ ਨੇ ਦਹੀਂ ਵਗੈਰਾ ਖਾਣਾ ਹੁੰਦਾ ਸੋ ਵਜੇ ਕਰਕੇ ਸੋ ਫਿਰ ਉਸ ਤੋਂ ਬਾਅਦ ਮੈਂ ਜਿਹੜੀ ਕੌਫੀ ਬਣਾਈ
ਥੋੜ੍ਹਾ ਜਿਹਾ ਦੁੱਧ ਮੈਂ ਚਾਹ ਲਈ ਫਿਰ ਵੀ ਰੱਖ ਦਿੰਦੀ ਹੁੰਦੀ ਹਾਂ, ਕਿਉਂਕਿ ਨੈਕਸਟ ਮੋਰਨਿੰਗ 'ਚ ਆਪਣੇ ਘਰ ਦੁੱਧ ਆ ਜਾਂਦਾ। ਸੋ ਫਿਰ ਉਹ ਤੋਂ ਬਾਅਦ ਮਤਲਬ ਮੈਂ ਥੋੜ੍ਹਾ ਜਿਹਾ ਦੁੱਧ ਚਾਹ ਲਈ ਫਿਰ ਵੀ ਚਾਹ ਲਈ ਰੱਖਦਾ ਸੀਗਾ ਪਲਾਸ 'ਚ, ਅਤੇ ਥੋੜ੍ਹਾ ਜਿਹਾ ਮੈਂ ਇੱਕ ਬੱਤੀ ਵਰਗੇ ਲਈ ਥੋੜ੍ਹੀ ਕੌਫੀ ਬਣਾ ਲਈ, ਕਿਉਂਕਿ ਬੜਾ ਮਨ ਕਰੀ ਜਾਂਦਾ ਸੀਗਾ, ਇੱਕ ਨਾ ਸਿਰ ਦੁਖੀ ਜਾਂਦਾ ਸੀ, ਇੱਕ ਤਾਂ ਦਿਨ ਇੱਦਾਂ ਦਾ ਇੱਕ ਤਾਂ ਮਨ ਨਹੀਂ ਲੱਗਦਾ ਉੱਪਰ ਵੀ ਵੀ ਕਾਫੀ ਜ਼ਿਆਦਾ ਹੋਰ ਮਤਲਬ ਮੂਡ ਦੇ ਆਫ ਦੇ ਹੋਇਆ ਰਹਿੰਦਾ। ਉਸ ਤੋਂ ਬਾਅਦ ਮੈਂ ਅਤੇ ਸਰਦਾਰ ਸਾਹਿਬ ਨੇ ਡਿਨਰ ਕੀਤਾ, ਫਿਰ ਨਾਲ ਜਿਹੜੀ ਮੈਂ ਕੌਫੀ ਪੀਣੀ ਸੀਗੀ, ਕੌਫੀ ਦੀ ਬਹੁਤ ਪਿਆਰੀ ਜਿਹੀ ਕਲਿੱਪ ਲੱਗੀ, ਸੋ ਬਹੁਤ ਜ਼ਿਆਦਾ ਭੁੱਖ ਲੱਗੀ ਪਈ ਸੀਗੀ। ਸੋ ਫਿਰ ਵਾਹਿਗੁਰੂ ਜੀ ਦਾ ਨਾਮ ਲਿਆ, ਸੋ ਜਿਹੜੀ ਰੋਟੀ ਵਗੈਰਾ ਕਰਦੀ ਮਤਲਬ ਰਾਤ ਨੂੰ ਡਿਨਰ ਵਗੈਰਾ ਮੈਂ ਸਰਦਾਰ ਸਾਹਿਬ ਦੇ ਨਾਲ ਹੀ ਕਰਦੀ ਹੈਗੀ, ਰੋਟੀ ਮੈਂ ਆਪਦੇ ਉੱਪਰ ਲੈ ਆਉਂਦੀ ਹੁੰਦੀ ਹਾਂ ਪਾ ਕੇ, ਅਤੇ ਫਿਰ ਅਸੀਂ ਇਕੱਠੇ ਹੀ ਰਹਿ ਕੇ ਰੋਟੀ ਖਾ ਲੈਂਦੇ ਹਾਂ। ਸੋ ਇਸ ਤਰ੍ਹਾਂ ਸਰਦਾਰ ਸਾਹਿਬ ਦੇ ਨਾ ਟੀ ਸ਼ਰਟ ਨਹੀਂ ਪਾਈ, ਇਸ ਕਰਕੇ ਮੈਂ ਉਹਨਾਂ ਨੂੰ ਵੀਡੀਓ ਵਿੱਚ ਨਹੀਂ ਲਿਆ। ਸੋ ਬਸ ਇਸ ਤਰ੍ਹਾਂ ਨਾ ਜਿਹੜੇ ਸਰਦਾਰ ਸਾਹਿਬ ਨੇ ਅਸੀਂ ਤਿਆਰ ਕਰਕੇ ਨਾ ਉਹਨਾਂ ਨੂੰ ਪਹਿਲਾਂ ਹੋ ਨਹੀਂ ਰਹਿੰਦੀਆਂ ਨੇ, ਮੈਨੂੰ ਆਦਤ ਹੀ ਹਿਸਾਬ ਦੀ, ਉਹ ਵੀ ਰੋਟੀ ਖਾਂਦੇ ਹੁੰਦੇ ਆ ਪਰ ਫਿਰ ਵੀ ਮੇਰੀ ਆਦਤ ਆ ਜੀ ਵੀ ਮਤਲਬ ਮੈਂ ਉਹਨਾਂ ਨੂੰ ਨਾਲ ਰੋਟੀ ਖਵਾਉਣੀ ਖਵਾਉਣੀ ਆ, ਬਸ ਮੇਰੀ ਆਦਤ ਹੀ ਇੱਦਾਂ। ਸੋ ਵਧੀਆ ਲੱਗਦਾ ਇਸ ਤਰ੍ਹਾਂ ਨਾ ਰੋਟੀ ਖਾਣੇ ਦੇ ਆਪਾਂ ਇਕੱਠੇ ਵਧੀਆ ਹੁੰਦੇ, ਬਸ ਮੇਰੀ ਆਦਤ ਆ ਮੈਂ ਰੋਟੀ ਸਰਦਾਰ ਸਾਹਿਬ ਦੇ ਕੋਲ ਬਹਿ ਕੇ ਖਾਣੀ, ਫਿਰ ਇਸ ਤੋਂ ਬਾਅਦ ਕੌਫੀ ਪੀਤੀ, ਆਪਾਂ ਨੂੰ ਕੋਈ ਮਤਲਬ ਨਹੀਂ ਰੋਟੀ ਮੂੰਹ ਨਹੀਂ ਕਰਦੀ ਹੈ ਜਾਂ ਕੁਛ ਵੀ, ਨਾਲ ਦੀ ਨਾਲ ਆਪਾਂ ਤਾਂ ਬਸ ਕੌਫੀ ਪੀ ਲਈ। ਸੋ ਇੰਜੋਏ ਕੀਤੀ, ਬਹੁਤ ਹੀ ਟੇਸਟੀ ਬਣੀ ਸੀ, ਬਹੁਤ ਜ਼ਿਆਦਾ ਸਟਰੋਂਗ ਬਣੀ ਸੀਗੀ। ਸੋ ਉਸ ਤੋਂ ਬਾਅਦ ਮੈਂ ਆਪਣੀ ਡਾਇਰੀ ਲਿਖੀ, ਡਾਇਰੀ ਦੇ ਵਿੱਚ ਮਤਲਬ ਕਾਫੀ ਜ਼ਿਆਦਾ ਮੇਰੀ ਚੀਜ਼ਾਂ ਹੋ ਜਾਂਦੀਆਂ ਨੇਗੀਆਂ, ਜਿਵੇਂ ਪਰਸਨਲ ਗੱਲਾਂ ਹੁੰਦੀਆਂ ਨੇਗੀਆਂ, ਜਿਵੇਂ ਆਪਣੀਆਂ ਹੋਰ ਮਤਲਬ ਕਾਫੀ ਜ਼ਿਆਦਾ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ ਜਾਂ ਕਿਸੇ ਨੂੰ ਕਰਨਾ ਨਹੀਂ ਚਾਹੁੰਦੇ ਹੈਗੇ, ਅਤੇ ਉਸ ਤਰ੍ਹਾਂ ਦੀਆਂ ਗੱਲਾਂ ਜੋ ਬਾਕੀ ਕੰਮ ਕਿਸੇ ਨੂੰ ਲੈ ਕੇ ਮੈਂ ਉਹ ਵੀ ਵਿੱਚ ਲਿਖ ਦਿੰਦੀ ਹੁੰਦੀ ਹਾਂ, ਅਤੇ ਜਿਹੜੀਆਂ ਉਹ ਗੱਲਾਂ ਜਿਹੜੀਆਂ ਆਪਾਂ ਕਦੇ ਭੁੱਲ ਨਹੀਂ ਸਕਦੇ, ਉਹ ਵੀ ਚੀਜ਼ਾਂ ਦੇ ਵਿੱਚ ਜਿਹੜੇ ਪੈਂਦੀਆਂ ਨੇ, ਮਤਲਬ ਮੇਰੀਆਂ ਸੀਕਰੇਟ ਗੱਲਾਂ ਇਹਦੇ ਵਿੱਚ ਹੁੰਦੀਆਂ ਨੇ ਵੀ ਸੀਕਰੇਟ ਡਾਇਰੀ ਆਪਾਂ ਬੋਲ ਸਕਦੇ ਹਾਂ, ਅਤੇ ਉਹਦੇ ਵਿੱਚ ਉਹ ਨੋਟ ਕਰਦੇ ਹਾਂ। ਸੋ ਬਸ ਆਪਾਂ ਇੱਥੇ ਵਲੋਗ ਦਾ ਐਂਡ ਕਰਦੇ ਹਾਂ, ਵੀਡੀਓ ਵਧੀਆ ਵੀਡੀਓ ਦੇਖਣ ਲਈ ਧੰਨਵਾਦ, ਵੀਡੀਓ ਵਧੀਆ ਲੱਗਦੀ ਹੋਈ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ, ਸਤਿ ਸ਼੍ਰੀ ਅਕਾਲ ਜੀ।